ਸੋਨ ਲੰਕ ਜਰੀ ਸੋਨੇ ਦੀ ਲੰਕਾ ਜਰੀ ਕਈ ਘਰ ਗਾਲਤੇ ਉਹਨਾਂ ਦਾ ਚੰਗੀ ਲਗਨ ਧਰੀ ਉਹਨੇ ਮਜ਼ਾਕ ਕੀਤਾ ਲਗਨ ਵਾਲਿਆਂ ਨੂੰ ਇਹ ਗੱਲ ਜਾਣਦੇ ਹੁੰਦੇ ਫਿਰ ਵੀ ਬ੍ਰਹਮਾ ਦੇ ਉਪ ਅਵਤਾਰੇ ਹੁੰਦੇ ਜਿਹਨਾਂ ਦੀ ਗੱਲ ਉਹ ਕਰਦਾ ਮਸਕੀਨ ਉਹ ਵੀ ਇਸ ਲੈਵਲ ਦੇ ਨੇ ਇਸ ਕਰਕੇ ਮਸਕੀਨ ਕਹਿੰਦਾ ਮੈਨੂੰ ਨਾਮ ਦਾ ਆਨੰਦ ਨਹੀਂ ਆਇਆ ਆਨੰਦ ਉਹਨੂੰ ਕਿੱਥੋਂ ਆਉਣਾ ਸੀ ਜਿਹਨਾਂ ਦਾ ਚੇਲਾ ਉਹਨਾਂ ਨੂੰ ਨਹੀਂ ਆਇਆ ਆਨੰਦ ਇਹਨੂੰ ਕਿੱਥੇ ਆਉਣਾ ਸੱਚ ਦਾ ਗਿਆਨ ਤੇ ਬਿਨਾਂ ਨਾਮ ਦਾ ਆਨੰਦ ਨਹੀਂ ਆਉਂਦਾ ਗੁਰਬਾਣੀ ਦੇ ਸਾਰੇ ਪੜ੍ਹਦੇ ਜਿੰਨਾ ਚਿਰ ਭਰਮ ਦੇ ਨਾਸ ਨਹੀਂ ਕਰਦੀ ਬਾਣੀ ਗਿਆਨ ਭਰਮ ਕੇ ਪੜ੍ਹਦੇ ਸਤਿਗੁਰ ਖੋਲ੍ਹੇ ਖੁੱਲ੍ਹ ਨਹੀਂ ਜਾਂਦੇ ਉਹਨਾਂ ਚਿਰ ਰਸ ਕਿਵੇਂ ਆਜੂਗਾ ਫਿਰ ਵੀ ਕਮ ਸੋ ਉਹਨੇ ਮੰਨਿਆ ਤਾਂ ਸੀ ਮੈਨੂੰ ਰਸ ਨਹੀਂ ਆਇਆ ਰਸ ਤਾਂ ਉਹਨੂੰ ਆ ਜਾਂਦਾ ਜੇ ਕਿਤੋਂ ਗੱਲ ਮੰਨ ਲੈਂਦਾ ਜਾਂ ਆਪਾਂ ਅੰਮ੍ਰਿਤਸਰ ਗਏ ਸੀ ਉਹਨੂੰ ਦਿੱਤੀ ਸੀ ਪਰ ਉਹਦਾ ਹੰਕਾਰ ਹੰਕਾਰ ਅੜ ਗਿਆ ਜੇ ਮੰਨਦਾ ਤਾਂ ਉਹਨੂੰ ਬੈਠ ਕੇ ਸਮਝਣੀ ਪੈਣੀ ਦੀ ਬਾਣੀ ਉਹਦੀ ਫਿਰ ਵਰਡ ਦੀ ਜਿਹੜੀ ਪੱਲ ਬਣੀ ਸੀ ਉਹ ਜਾਂਦੀ ਸੀ ਵਰਡ ਦੇ ਵਿੱਚ ਜਿਹੜੀ ਪੱਲ ਬਣੀ ਸੀ ਉਹ ਜਾਂਦੀ ਸੀ ਫਿਰ ਪ੍ਰੋਬਲਮ ਸੀ ਉਹਦੇ ਸਾਹਮਣੇ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ ਵੈਸ਼ਨੋ ਤੇ ਗੁਰਮੁਖੀ ਸੱਚ ਸੁਚ ਧਰਮ ਗੁਰਮੁਖੀ ਨਹੀਂ ਹੈ ਵੈਸ਼ਨੋ ਤੇ ਗੁਰਮੁਖ ਸੁਚ ਧਰਮ ਅੱਛਾ ਵੈਸ਼ਨੋ ਹਾਂ ਠੀਕ ਹੈ ਗੁਰਮੁਖੀ ਬੱਬਾ ਬ੍ਰਹਮ ਜਾਣੇ ਤੇ ਬ੍ਰਹਮਾ ਜਿਹਨਾਂ ਨੇ ਬ੍ਰਹਮ ਨੂੰ ਜਾਣ ਲਿਆ ਆਪਣੀ ਅੰਤਰਾਤਮਾ ਨੂੰ ਜਾਣ ਲਈ ਉਹ ਬ੍ਰਹਮਾ ਹੀ ਹੈ ਐਵੇਂ ਭੁਲੇਖੇ ਜਿਹਨਾਂ ਉਹ ਬ੍ਰਹਮਾ ਪਤਾ ਨਹੀਂ ਕੀ ਹੁੰਦਾ ਇਸ ਕਰਕੇ ਮੈਂ ਉਹਨੂੰ ਕਿਹਾ ਸੀ ਬ੍ਰਹਮਾ ਜੀਵ ਨੂੰ ਕਹਿੰਦੇ ਨੇ ਜਨਮ ਮਰਨ ਚ ਹੁੰਦਾ ਆਦਮੀ ਹੁੰਦਾ ਆ ਗਿਆ ਨਾ ਬੱਬਾ ਬ੍ਰਹਮ ਜਾਣਤ ਸੇ ਬ੍ਰਹਮਾ ਬ੍ਰਹਮ ਵੈਸ਼ਨੂੰ ਦੋ ਹੁਣ ਵੈਸ਼ਨੂੰ ਤੁਸੀਂ ਜਿਹਨੂੰ ਕਹਿੰਦੇ ਹੋ ਵੈਸ਼ਨੂੰ ਹੁੰਦਾ ਕੌਣ ਹੈ ਵੈਸ਼ਨੂੰ ਮੱਤ ਹੈ ਇਹਨਾਂ ਨੇ ਚਲਾਈ ਵੈਸ਼ਨੂੰ ਤੇ ਇਹ ਪੰਡਿਤ ਵੈਸ਼ਨੂੰ ਮੱਤ ਦਾ ਪ੍ਰਚਾਰਕ ਹੈ ਵਿਸ਼ਨੂੰ ਨੇ ਚਲਾਈ ਹੋਈ ਆ ਵੈਸ਼ਨੂੰ ਮੱਤ ਵਿਸ਼ਨੂੰ ਦੇ ਭਗਤ ਨੇ ਵਿਸ਼ਨੂੰ ਨਾਲ ਜੁੜਿਆ ਹੈ ਪੰਡਿਤ ਉਹ ਕੌਣ ਨੇ ਜਿਹਨਾਂ ਨੇ ਕੋਈ ਸੁੱਚ ਧਰਮ ਹੈ ਧਰਮ ਸੱਚਾ ਸੁੱਚਾ ਜਿਹਨਾਂ ਦਾ ਜਿਹਨਾਂ ਦੇ ਧਰਮ ਵਿੱਚ ਝੂਠ ਹੈ ਵੈਸ਼ਨੂੰ ਨਹੀਂ ਹੁੰਦੇ ਜਿਹੜੇ ਮਾਇਆ ਦੀ ਭੁੱਖ ਹੈ ਜਿਹਨਾਂ ਦੇ ਅੰਦਰ ਉਹ ਵੈਸ਼ਨੂੰ ਨਹੀਂ ਹੁੰਦੇ ਸਰੀਰ ਮਾਇਆ ਹੀ ਹੈ ਨਾ ਜੋ ਕੋਈ ਮਾਸ ਖਾਂਦਾ ਮਾਇਆ ਖਾਂਦਾ ਸਰੀਰ ਹੈ ਸਰੀਰ ਨੂੰ ਖਾਂਦਾ ਉਹ ਵੈਸ਼ਨੂੰ ਨਹੀਂ ਹਨ ਜਿਹੜੇ ਆਤਮਾ ਜਿਹਨਾਂ ਦੀ ਆਤਮਾ ਦੀ ਖੁਰਾਕ ਜਿਹਨਾਂ ਦੀ ਸੱਚ ਖਾਣਾ ਸੱਚ ਪਹਿਨਣਾ ਉਹ ਵੈਸ਼ਨੂੰ ਨੇ ਜਿਹਨਾਂ ਦੀ ਆਤਮਾ ਦੀ ਖੁਰਾਕ ਲੋਭ ਹੈ ਉਹ ਵੈਸ਼ਨੂੰ ਨਹੀਂ ਹਨ ਕੋਈ ਗੁਰਬਾਣੀ ਦਾ ਫਰਮਾਨ ਹੈ ਉਹ ਲੋਕ ਵੈਸ਼ਨੂੰ ਨਹੀਂ ਹਨ ਜਿਹੜੇ ਲੋਭ ਜਿਹਨਾਂ ਦੀ ਖੁਰਾਕ ਹੈ ਉਹ ਅੱਤ ਦੇ ਸ਼ਰਾਬੀ ਨੇ ਅੱਤ ਦੇ ਹੰਕਾਰੀ ਨੇ ਜਿਹਨਾਂ ਦੀ ਮੱਤ ਦੁਰਮਤ ਹੈ ਦੁਰਮਤ ਮਦ ਹੈ ਮਦ ਦਾ ਮਤਲਬ ਹੰਕਾਰ ਹੁੰਦਾ ਦੁਰਮਤ ਮਦ ਜੇ ਪੀਵਤੇ ਬਿਖਲੀ ਪਤ ਕਮਲੀ ਕਮਲੇ ਕੀਤੇ ਪਏ ਨੇ ਸ਼ਰਾਬ ਕਮਲਾ ਹੀ ਕਰਦੀ ਹੈ ਜਿਹੜੀ ਮੱਤ ਤੁਹਾਨੂੰ ਗੁਰਬਾਣੀ ਨਹੀਂ ਸਮਝਣ ਦੇ ਰਹੀ ਸ਼ਰਾਬ ਦਾ ਜਾ ਪੀਓਗੇ ਚਾਰ ਘੰਟੇ ਦੋ ਘੰਟੇ ਬਾਅਦ ਉਤਰ ਜੂਗੇ 24 ਘੰਟੇ ਉਤਰਦੀ ਹੋਣੀ ਤੁਹਾਡੇ ਗੁਰਬਾਣੀ ਤੁਹਾਡੇ ਕੋਲ ਹੈ ਪੜ੍ਹਦੇ ਹੋ ਜਿਹੜੀ ਮੱਤ ਤੁਹਾਨੂੰ ਇਹ ਪੜ੍ਹ ਨਹੀਂ ਦਿੰਦੀ ਜਿਹੜੇ ਨਸ਼ੇ ਨੇ ਤੁਹਾਡੀ ਮੱਤ ਮਾਰੀ ਹੋਈ ਹੈ 24 ਘੰਟੇ ਉਹ ਨਸ਼ਾ ਖਤਰਨਾਕ ਹੈ ਕਿ ਸ਼ਰਾਬ ਖਤਰਨਾਕ ਹੈ ਗੁਰਬਾਣੀ ਇੱਥੇ ਖੜੀ ਹੈ ਵੀਰਾ ਆਪਣ ਬੁਰਾ ਗੁਰਮਤ ਵਾਲੇ ਵੈਸ਼ਨੂੰ ਉਹਨੂੰ ਕਹਿੰਦੇ ਨੇ ਜਿਹੜਾ ਸ਼ਰਾਬ ਮਾਸ ਦੋਹਾਂ ਨੂੰ ਵਰਤੇ ਇਕੱਲੇ ਮਾਸ ਦੀ ਗੱਲ ਨਹੀਂ ਵੈਸ਼ਨੂੰ ਦੁਰਮਤ ਬਿਨਾਂ ਲੋਭ ਨਹੀਂ ਖਾ ਸਕਦਾ ਦੁਰਮਤ ਹੀ ਦੁਰਮਤ ਦੇਖੋ ਨਾ ਸੁੱਚ ਧਰਮ ਹੈ ਇੱਕ ਪਾਸੇ ਜਿਹੜਾ ਕੂੜ ਧਰਮ ਹੈ ਉਹਦੇ 'ਚ ਮਤ ਕਿਹੜੀ ਹੈ ਸੁੱਚ ਧਰਮ ਗੁਰਮਤ ਦੇ ਵਿੱਚ ਹੈ ਕੂੜ ਧਰਮ ਜ਼ਿਆਦਾ ਹੋਊਗਾ ਤੇ ਦੁਰਮਤ ਵਿੱਚ ਮਤ ਨਾਲ ਆਊਗੀ ਸ
ਸੁੱਚ ਧਰਮਾ ਕਾਹਦੇ 'ਚ ਹੈ? ਕਿੱਥੋਂ ਮਿਲੂਗਾ? ਗੁਰਮਤਿ 'ਚੋਂ। ਜਾ ਕੇ ਸੁੱਚ ਧਰਮਾ ਕਾਹਦੇ ਮਿਲੂਗਾ? ਗੁਰਮਤਿ 'ਚੋਂ। ਊੜ ਧਰਮਾ ਕਾਹਦੇ ਮਿਲੂ? ਝੂਠ ਧਰਮਾ ਦੁਰਮਤਿ ਵਿੱਚੋਂ। ਅਤੇ ਦੁਰਮਤ ਤਾਂ ਵੱਧ ਹੈ ਨਾ, ਦੁਰਮਤ ਦਾ ਨਸ਼ਾ ਹੀ ਨਹੀਂ ਨਾ ਸੁੱਚ ਧਰਮਾਂ ਵੱਲ ਜਾਣ ਦਿੰਦਾ। ਪਹਿਲੀ ਤਾਂ ਗੱਲ ਇਹ ਹੈ। ਦੁਰਮਤ ਦਾ ਨਸ਼ਾ ਕੀ ਹੈ? ਸੰਸਾਰ 'ਚ ਬੜੇ ਹੋਣ ਦਾ ਨਸ਼ਾ, ਰਾਜ ਦਾ ਨਸ਼ਾ, ਇੱਕ ਗੱਲ ਪਹਿਲੀ। ਦੂਜੀ ਗੱਲ ਮੋਹ, ਮੋਹ ਕਰਕੇ ਲੋਭ, ਬੜਾ ਬਣਨ ਵਾਸਤੇ ਵੀ ਲੋਭ। ਲੋਭ ਦੋਹੀ ਪਾਸੇ ਆਊ, ਬੜਾ ਬਣਨਾ, ਅਮੀਰ ਬਣਨਾ, ਵੱਡਾ ਆਦਮੀ ਬਣਨਾ, ਵੱਡਾ ਕਾਰੋਬਾਰੀ ਬਣਨਾ, ਤਾਂ ਲੋਭ ਹੈ। ਅਤੇ ਜੇ ਨਿਆਣੇ ਪਾੜ ਲੈਣੇ ਉਹ ਵੀ ਲੋਭ ਹੈ। ਹੋ ਉਹਨਾਂ ਨੂੰ ਵੱਡੀਆਂ ਵੱਡੀਆਂ ਜਾਇਦਾਦਾਂ ਬਣਾ ਕੇ ਦੇਣੀਆਂ ਨੇ, ਕੋਈ ਕੋਈ ਪੁਸਤਕਾਂ ਦਾ ਉਹ ਬੰਨ ਕੇ ਦੇਣੇ, ਇਹ ਵੀ ਮੋਹ ਦੇ ਨਾਲ ਲੋਭ ਹੈ। ਉਹਦੇ ਨਾਲ ਲੋਭ ਹੈ। ਕਿੱਥੋਂ ਪੈਦਾ ਹੋਊਗਾ? ਗੁਰਬਾਣੀ ਕਹਿੰਦੀ ਹੈ ਨਾ ਕਰੋ, ਉਹ ਛੱਡਣ ਨਹੀਂ ਦਿੰਦੀ। ਜਿਹੜਾ ਛੱਡਣ ਨਹੀਂ ਦਿੰਦਾ ਉਹ ਪਹਿਲਾਂ ਜ਼ਿੰਮੇਵਾਰ ਹੈ। ਸੁੱਚ ਧਰਮਾ ਵੈਸਨੂੰ ਸੋ ਜਾ ਕੇ ਸੁੱਚ ਧਰਮਾ। ਜਿਹਨੇ ਸ਼ਰਾਬਾਂ ਛੱਡਤਾ ਪੰਡਤਾ ਤੂੰ ਵੈਸਨੂੰ ਨਹੀਂ ਹੈ। ਗੱਲ ਇਹ ਹੈ, ਵੈਸ਼ਨੂੰ ਬਣ ਗਿਆ ਦੁਰਮਤ ਲਈ ਫਿਰਦਾ, ਪ੍ਰਚਾਰ ਦੁਰਮਤ ਦਾ ਬਣ ਗਿਆ ਵੈਸ਼ਨੂੰ।